ਜਿਹੜੇ ਰਾਜਪੂਤਾਂ ਦੇ ਬਾਲ ਹੁੰਦੇ ਨੇ ਨਾ ਉਹ ਥੋੜੇ ਜੇ ਗਰਮ ਹੁੰਦੇ ਨੇ ਤੇ ਸਕੂਲੇ ਜਾਣ ਲੱਗਿਆ ਨਾ ਚਲੋ ਮੈਂ ਵੀ ਕਰਮੀ ਸਾਂ ਲੁੱਤਾਂ ਠੁੱਡੇ ਮਾਰਦੇ ਨੇ ਤੇ ਤੁਸੀਂ ਪਹਿਲੇ ਦਿਨ ਜਦੋਂ ਗਏ ਸੋ ਤੇ ਚੁੱਪ ਕਰਕੇ ਸਕੂਲੇ ਟੁਰ ਗਏ ਸੋ ਕਿ ਜਾਂ ਫਿਰ ਤੁਸੀਂ ਬੋਤ ਮਾਰੋ ਉੱਥੇ ਕਤਲ ਕਰਦੇ ਪਿਲਖਣੀ ਦੇ ਕੋੜਵਾ ਦੋ ਕਤਲ ਕਰ ਦੋਏ ਉੱਥੇ ਬੀਬੀਆਂ ਵੀ ਚੁੱਕ ਗਈਆਂ ਸਾਰੇ ਕੰਮ ਹੋਏ ਨਾ ਉੱਥੇ ਜੀ ਖੂਆ ਝਾੜਾ ਮਾਰ ਗੀਆਂ ਨੇ ਜਿਹੜੀ ਕਾਬੂ ਨਾ ਜਾ ਗਿਆ ਜੀ ਦੱਸ ਦਿਓ ਨਹੀਂ ਜੀ ਦਿਲ ਖੁਸ਼ ਵੀ ਹੋਇਆ ਆਪਣਾ ਰਕਬਾ ਦੇਖ ਕੇ ਪਿੰਡ ਦੇਖ ਕੇ ਉਹ ਦਰਬਾਰ ਵੇਖ ਕੇ ਸਾਰ ਬੰਦਾਂ ਨੇ ਪਿੰਡ ਦਿਲ ਖੁਸ਼ ਵੀ ਹੋਇਆ ਬਾਕੀ ਫਿਰ ਦੇਖ ਦੇਖ ਕੇ ਹਰਾਨ ਪਰੇਸ਼ਾਨ ਵੀ ਹੋਇਆ ਹਾਂ ਉਹ ਚੂੜੇ ਦੇ ਨਾਲ ਲਿੱਲੂ ਸੀ ਉਹ ਆਪਣਾ ਮੂੰਹ ਹੱਥ ਹੋ ਰਿਹਾ ਸੀ ਗੱਡਵੇ ਜਨ ਮੈਂ ਉਹਨੂੰ ਪੁੱਛਿਆ ਮੈਂ ਵੀ ਉਹਨੂੰ ਮੇਰੇ ਸਮਝ ਆਈ ਵੀ ਚਿੱਟ ਕਪੜਾ ਹੈ ਉਹ ਮਜ਼ਦੂਰ ਲੈਣ ਆਇਆ ਹਾਬ ਮੇਰਾ ਆਣੀ ਜਗਿੰਦਰ ਸਿੰਘ ਜੀ ਉਹ ਬੋਲਦਾ ਹੁੰਦਾ ਸੀ ਪਿੱਛੋਂ ਪਤਾ ਨਹੀਂ ਕੀ ਬੋਲਦਾ ਸੀ ਕਿ ਨਹੀਂ ਆਪਣੇ ਕੰਮ ਦੇ ਹਿਸਾਬ ਦਾ ਉਹ ਚੁੜੇ ਮੈਨੂੰ ਲੀਲੀ ਪੁੱਛਣ ਲਗਾਏ ਕਿ ਕੌਣ ਮੈਂ ਵੀ ਖੁਦਾ ਨਾਲ ਭਲਾਇਆ ਜਗਿੰਦਰ ਸਿੰਘ ਹਾਂ 40 ਸਾਲ ਬਾਅਦ ਜਾਣੇ ਨਾ ਆਵਾਜ਼ ਨਹੀਂ ਆ ਬਿਲਕੁਲ ਉਹ ਜਦੋਂ ਨੇੜੇ ਆ ਥੋੜਾ ਮੈਂ ਇਹਨੂੰ ਕਹਾਂ ਸਰਦਾਰ ਜੀ ਬਾਬਰੂ ਦਾ ਪਤਾ ਐ ਬਾਗੁਰੂ ਦਾ ਫਤਾ ਕਰਨਾ ਵਾਲਗਰਾਮ ਆ ਗਿਆ ਫਿਰ ਪਛਾਨਿਆ ਆ ਕੇ ਪਛਾਨਿਆ ਉਹ ਸੱਚਾ ਸੀ ਐ ਜੋ ਜਿਹੜੀ ਬਾਲਦਾ ਮਰੀ ਉਹਦਾ ਮੈਂ ਤੈਨੂੰ ਮੋਢੇ ਚੁੱਕ ਕੇ ਲੈ ਗਿਆ ਫੂ ਅਸਲਾਮੁਅਲੈਕਮ ਵਾਲੇਕਮ ਅਸਲਾਮ ਜੀ ਬਜ਼ੁਰਗੋ ਕੀ ਹਾਲ ਹੈ ਅੱਲਾਹ ਦੀ ਰਹਿਮਤ ਦਾ ਸ਼ੁਕਰ ਹੈ ਖੁਦਾ ਦਾ ਸ਼ਰ ਨਾਲ ਵਲ ਰਜ਼ੀਓ ਬਸ ਠੀਕ ਹੀ ਹੈ ਨੇ ਦੇਖੋ ਉਹਨੂੰ 95 ਸਾਲ ਦੀ ਉਮਰ ਹੋ ਗਈ ਠੀਕ ਹੀ ਹੈ ਹਾਂ ਜੀ 95 ਸਾਲ ਦੀ ਉਮਰ ਹੋ ਗਈ ਹੈ ਹੋ ਗਈ ਹੈ ਇਹ ਤੇ ਜਦੋਂ ਤੁਸੀਂ ਸਰਵੰਦ ਹੋਈ ਸੀ ਉਦੋਂ 20 ਕੁ ਬਰਿਆਂ ਦੇ ਸੋ ਫਿਰ ਤੇ ਤੁਸੀਂ ਹਾਂ ਇੰਨਾ ਹਾਂ ਹਮ ਅੱਛਾ ਤੇ ਇਹ ਦੱਸੋ ਨਾ ਕੀ ਇਹ ਆਪਣਾ ਅਬਦੁਰ ਰਸ਼ੀਦ ਹੈ ਅਬਦੁਰ ਰਸ਼ੀਦ ਅਬੇਰਾਂ ਦਾ ਕੀ ਨਾਮ ਸੀ ਅਲਦੀਆ ਅੱਲਾ ਦਿਆ ਹਾਂ ਤੇ ਦੱਦੀਆਂ ਦਾ ਅਰਜੋ ਅਰਜੋ ਹਾਂ ਤੁਸੀਂ ਪੱਤੀ ਗੋਦਾਨਾ ਪੱਤੀ ਗੋਦਾਨਾ ਹਾਂ ਤੇ ਜ਼ਾਤ ਕਿਹੜੀ ਹੈ ਰਾਜਪੂਤ ਚਵਾਨ ਰਾਜਪੂਤ ਸਾਰਾ ਪਿੰਡ ਰਾਜਪੂਤਾਂ ਦਾ ਚਵਾਨਾਂ ਦਾ ਸੀ ਹਾਂਜੀ ਉਹ ਇਲਾਕਾ ਸਾਰਾ ਉਹਨਾਂ ਦਾ ਸੀ ਠੀਕ ਹੈ ਤੇ ਪਿੱਛੇ ਪਿੰਡ ਕਿਹੜਾ ਸੀ ਜਿੱਥੋਂ ਸਹਾ ਸਹਾ ਜ਼ਿਲ੍ਹਾ ਕਿਹੜਾ ਸੀ ਇਹਦਾ ਅੰਮ੍ਰਾਲਾ ਇਹਦੀ ਤਸੀਲ ਕਿਹੜੀ ਸੀ ਤਸੀਲ ਵੀ ਉਹਦਾ ਅੰਮ੍ਰਾਲਾ ਸੀ ਉਹਨੂੰ ਪਿੰਡ ਸਹਾ ਤੇ ਤੇ ਅੰਮ੍ਰਾਲਾ ਦੀ ਬਣੀ ਹੈ ਹੋਂਸਾ ਆਪੀ ਤੇ ਸਿਲਵਨ ਗਏ ਆ ਵੀਰ ਜੀ ਸਹੀ ਠੀਕ ਉਦੋਂ ਸਹਾ ਜਿਹੜਾ ਨਿੱਕਾ ਪਿੰਡ ਹੁੰਦਾ ਸੀ ਜਾਂ ਵੱਡਾ ਨਹੀਂ ਜੇ ਪੰਜ ਪਤਿਆਂ ਦਾ ਪਿੰਡ ਦੀ 6-7 ਮਸੀਤਾਂ ਸਨ ਹਾਂ ਹੈ ਨਹੀਂ ਬਹੁਤ ਵੱਡਾ ਪਿੰਡ ਸੀ ਵੱਡਾ ਪਿੰਡ ਸੀ ਚੰਗਾ ਬਣਾ ਕਸਬਾ ਜੀ ਆ ਠੀਕ ਹੈ ਇਹਦੇ ਜਿਹੜੇ ਨੇੜੇ-ਨੇੜੇ ਕੋਈ ਹੋਰ ਪਿੰਡ ਸਨ 5-6 ਉਹ ਕਿਹੜੇ ਸਨ ਉਹਦੇ ਨੇੜੇ ਇਹ ਪਿੰਡ ਦੇ ਵਿੱਚੋਂ ਮਮੂਦਪੁਰ ਜਿਹੜਾ ਸੀ ਨਾ ਉਹ ਇੱਕ ਦਾਦੇ ਦੇ ਲਾਤ ਸੀ ਅੱਛਾ ਉਹ ਨਾ ਪਿੰਡ ਵੀ ਦੂਸਰਾ ਹੈ ਦੂਸਰਾ ਮੁਤਾਬਕ ਰਾਇਆ ਦਾ ਸੀ ਹਮ ਤੇ ਮੇਰੇ ਲਈ ਨੂਏ ਮੇਰਾ ਅਜੇ ਵੀ ਹਿੰਦੂ ਰਾਜਪੂਤਾਂ ਦਾ ਤੇ ਰਾਜਪੂਤਾਂ ਸੀ ਮੁਸਲਮਾਨ ਨੇ ਤੇ ਪੜਾ ਜੜਾ ਸੀ ਉਹ ਸਾਰਾ ਰਾਜਪੂਤ ਮੁਸਲਮਾਨ ਦਾ ਸੀ ਅੱਛਾ ਨਹੀਂ ਨਹੀਂ ਹਮ ਇਹਦੇ ਕਾਲਪੀ ਉਹ ਵੀ ਅੱਧੇ ਮੁਸਲਮਾਨ ਸਨ ਕੋਈ ਥੋੜੇ ਰਾਇ ਹਿੰਦੂ ਤਾਂ ਹੈ ਤੇ ਨਾਉਣੀ ਵੀ ਰਾਜਪੂਤਾਂ ਦਾ ਸੀ ਹਮ ਇਹ ਘਰ ਸਿੱਖਾਂ ਦਾ ਸੀ ਹਮ ਹੈ ਤੇ ਉਹ ਉਹਦੇ ਵਰ ਵੀ ਸੀ ਕਾ ਸੀ ਹਾਂਜੀ ਤੇ ਗੋळा ਗੋਲੀ ਦੋ ਪਿੰਡ ਸਨ ਹੂੰ ਉਹ ਵੀ ਰਾਜਪੂਤਾਂ ਦੇ ਸੀ ਠੀਕ ਤੇ ਬਨੋਲੀ ਉਹ ਵੀ ਰਾਜਪੂਤਾਂ ਦੀ ਸੀ ਹਾਂਜੀ ਇਹ ਉੱਥੇ ਨੇੜੇ ਨੇੜੇ ਪਿੰਡ ਸਨ ਨੇੜੇ ਨੇੜੇ ਹੂੰ ਹਾਂਜੀ ਤੇ ਦੱਖਣ ਵਾਲੇ ਪਾਸੇ ਬੀਟਾ ਪਿੰਡ ਸੀ ਇਹ ਨੂਰਾਜਪੂਤਾਂ ਦਾ ਹੂੰ ਰਾਮਪੁਰ ਸੀ ਉਹ ਵੀ ਨੂਰਾਜਪੂਤਾਂ ਦਾ ਸੀ ਹਾਂਜੀ ਹਾਂਜੀ ਤੇ ਮੀਂਹ ਦੇ ਪਰੇ ਕਰਾਇਆਂ ਦਾ ਤੇ ਪਿੰਡ ਹਾਂਜੀ ਕਾਲਕੀ ਮੁਸਲਮਾਨਾਂ ਦਾ ਰਹੇ ਔਰ ਰਾਇਆ ਮਿਲਾ ਸੀ ਪਿਲਖਣੀ ਆਹੀ ਨਾਲ ਉਹ ਵੀ ਤਰਾ ਮਿਲਦੇ ਸੀ ਅੱਛਾ ਥਾਣਾ ਇੱਕੋ ਸੀ ਤਸੇਲ ਵੀ ਇੱਕੋ ਸੀ ਉਹ ਵਿਚਵਾਨਾ ਦਾ ਸੀ ਹਾਂਜੀ ਤੇ ਸਹਾ ਜਿਹੜਾ ਇਹ ਚੰਗਾ ਵੱਡਾ ਪਿੰਡ ਸੀ ਇੰਨਾ ਪਿੰਡ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਰਜ ਫੇਰੇ ਪਿੰਡ ਪਿੰਡ ਦੇ ਚਾਰਜ ਫੇਰੇ ਫਿਰ ਬੰਦਾ ਪੂਰੇ ਮਹੀਨੇ ਪੂਰਾ ਨਹੀਂ ਹੁੰਦਾ ਕਿਉਂਕਿ ਤੇ ਥੀਲ ਤੋਂ ਬਣ ਗਿਆ ਹਾਂਜੀ ਕਸਬਾ ਸੀ ਉਦੋਂ ਜੀ ਜੀ ਜ਼ਿਲ੍ਹੇ ਮਬਾਲੇ ਦੇ ਮੁਸਲਮਾਨਾਂ ਦਾ ਪਿੰਡ ਸਾਰੇ ਜ਼ਿਲ੍ਹੇ ਦੇ ਵੀ ਵੱਡਾ ਪਿੰਡ ਸੀ ਹੂੰ ਹੂੰ ਪੰਜ ਪੱਤੀਆਂ ਪਿੰਡ ਸੀ ਪੰਜ ਪੱਤੀਆਂ ਮੈਂ ਹਾਂਜੀ ਤੇ ਨੰਬਰਦਾਰ ਵੀ ਪੰਜ ਹੀ ਹੋਣੇ ਨੇ ਨਹੀਂ ਜੀ ਨੰਬਰਦਾਰ ਦਾ 16 ਸਨ ਮੁਸਲਮਾਨ ਹੀ ਸਾਰੇ ਸਾਰੇ ਮੁਸਲਮਾਨ ਹਾਂਜੀ ਸਫੈਦ ਪੋਸ਼ ਵੀ ਮੁਸਲਮਾਨ ਸੀ ਹਾਂਜੀ ਜੇਲ੍ਹਦਾਰ ਵੀ ਉੱਥੇ ਦਾ ਮੁਸਲਮਾਨ ਸੀ ਹੂੰ ਉਹ ਕਿਹ ਪਿੰਡ ਕੋਈ ਤੁਹਾਨੂੰ ਨਾਂ ਯਾਦ ਨਹੀਂ ਉਹਨਾਂ ਦੇ ਚਲੋ ਕਿਸੇ ਦਾ ਆਇਆ ਹੈ ਕਿਸੇ ਨਾਂ ਸੇ ਜਿਹੜਾ ਹੁੰਦਾ ਉਹ ਦੱਸ ਦਿਓ ਜੇਲਦਾਰ ਤੋਂ ਬੰਦੂ ਸੀ ਹੂੰ ਬੰਦੂ ਖਾਨ ਸਫੈਦ ਬੋਸ ਮਸੀਤੇ ਖਾ ਸੀ ਹਾਂਜੀ ਕੋ ਮਜੀਦ ਸੀ ਨੰਬਰਦਾਰ ਕੋਈ ਆਪਣਾ ਰਸੀਦ ਸੀ ਤੇ ਵੱਡਾ ਪਿੰਡ ਬੋਲੀ ਪੋਜਾ ਇਹ ਦੱਸੋ ਕਿ ਜਿਹੜੇ ਮੁਸਲਮਾਨ ਸਨ ਉਹ ਸਾਰੇ ਪਿੰਡ ਵਿੱਚ ਰਾਜਪੂਤ ਚੋਹਾਨੀ ਸਨ ਜਾਂ ਕਿਸੇ ਹੋਰ ਜਾਤ ਦੇ ਵੀ ਮੁਸਲਮਾਨ ਨਾ ਨਾ ਕੋਈ ਨਹੀਂ ਹੋਰ ਇੱਕੋ ਦਾਦੇ ਦੇ ਰਾਹ ਸੀ ਹਾਂਜੀ ਜਿਵੇਂ ਇੱਥੋਂ

ਇਹ ਜਦੋਂ ਰਣਜੀਤ ਸਿੰਘ ਦੀ ਨੇ ਬਣਾਇਆ ਨਾ ਚਿਕਨ ਦੀ ਹਕੂਮਤ ਗਈ ਉਹ ਡਿਗਰੀਦਾਰ ਸੀ ਹਾਂਜੀ ਸਾਡੇ ਕੋਲ ਰਖਵਾ ਸੀ ਅੰਗਰੇਜ਼ਾਂ ਨੇ ਲੈ ਕੇ ਛੱਡਿਆ ਤੁਹਾਨੂੰ ਲੈ ਕੇ ਉਹਨਾਂ ਨੂੰ ਦੇ ਦਿੱਤਾ ਸੀ ਆ ਦੇ ਛੱਡਿਆ ਤੁਹਾਨੂੰ ਉਹਨਾਂ ਵਿੱਚੋਂ ਕਿਸੇ ਦਾ ਨਾਮ ਹੁੰਦਾ ਨਾਮ ਤਾਂ ਮਾਜਾ ਜਿਹੜੇ ਰਣਜੀਤ ਨਾ ਨਾਮ ਤਾਂ ਸਾਰੇ ਮਾਰ ਗਏ ਨੇ ਨਹੀਂ ਦੱਸ ਦਿਓ ਨਾ ਜਿਹਦਾ ਨਾਮ ਹੁੰਦਾ ਉਹ ਦੱਸ ਦਿਓ ਜਿਹੜੇ ਉਦੋਂ ਜਿਉਂਦੇ ਸਨ ਉਦੋਂ ਜਿਉਂਦੇ ਧੰਨਾ ਸਿੰਘ ਉਹ ਵੀ ਨੰਬਰਦਾਰ ਦੇ ਪਿੰਡਾਂ ਦੇ ਦਾ ਜਗਤਾ ਸਿੰਘ ਜੀ ਹੈ ਨਹੀਂ ਤੇ ਮਹਿਰ ਸਿੰਘ ਜੀ ਕਰਤਾਰ ਸਿੰਘ ਹੈਂ ਅੱਗੋਂ ਫੇਰ ਹੋਰ ਬਤੇ ਰਹ ਜਗਿੰਦਰ ਦਾ ਤਾ ਦੂਖਾ ਸਾਧੂ ਜੀ ਤੇ ਮਹਿਮਾ ਸਿੰਘ ਕਰਤਾਰ ਸਿੰਘ ਇਹ ਉਹਨਾਂ ਗਿੱਲਾਂ ਦੇ ਲੋਕ ਸਨ ਹਾਂ ਠੀਕ ਹੈ ਸਾਡੇ ਨਾਲ ਹੀ ਸਨ ਜਿਵੇਂ ਮੈਂ ਤੂੰ ਬੈਠੇ ਆ ਬਚਕਾਰ ਸੜਕ ਚੱਲ ਗਈ ਸੀ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਕੋਈ ਖਤਰੀ ਬਾਮਨ ਦੁਕਾਨਾਂ ਵਾਲੇ ਉਹ ਐਸਨ ਐਸਨ ਹਾਂਜੀ ਥੋੜੇ ਸਨ ਕੌਣ ਸਾਨੂੰ ਨਾਂ ਕੀ ਸੀ ਉਹਨਾਂ ਦਾ ਨਾਂ ਦਾ ਉਹਨਾਂ ਦਾ ਆਤਮाराम ਸਿੰਘ ਹੂੰ ਤੇ ਸਰਦਾਰ ਰਾਮ ਹੂੰ ਕਲੀਰਾਮ ਹੂੰ ਰਾਜਾ ਹੂੰ ਹਲਖੂ ਜੀ ਜੀ ਹੈ ਇਹ ਕੌਣ ਕੀਤੀ ਹੁੰਦੀ ਸੀ ਦੁਕਾਨਾਂ ਸਾਰਿਆਂ ਦੀ ਇਹ ਜਿਹੜੇ ਤੁਸੀਂ ਨਾਂ ਦੱਸੇ ਨੇ ਇਹਨਾਂ ਦੀਆਂ ਦੁਕਾਨਾਂ ਹੁੰਦੀਆਂ ਦੁਕਾਨਾਂ ਸਾਰੀਆਂ ਠੀਕ ਹੈ ਤੇ ਇੱਕ ਨਰਾਤਾ ਸੀ ਹੂੰ ਠੀਕ ਹੈ ਉਹ ਇੱਕ ਮਤ ਕਰਦਾ ਸੀ ਹਾਂਜੀ ਇੱਕ ਮਾ ਜੀ ਉਹਦਾ ਪੁੱਤ ਓਮ ਪ੍ਰਕਾਸ਼ ਸੀ ਉਹ ਮੇਰੇ ਕਲਾਸ ਫੈਲੋ ਸੀ ਉਹ ਤੁਹਾਡੇ ਨਾਲ ਪੜਦਾ ਸੀ ਹਾਂ ਉਹਦਾ ਵੱਡਾ ਭਾਈ ਆ ਮੇਰੇ ਨਾਲ ਨਹੀਂ ਰਹਦਰ ਉਹ ਡਾਕਟਰ ਬਣ ਗਿਆ ਸੀ ਅੰਬਾਲਾ ਚਲੇ ਗਿਆ ਸੀ ਸਕੂਲ ਤੇ ਫਿਰ ਹੈ ਸੀ ਪਿੰਡੇ ਚ ਹੈ ਸਕੂਲ ਤੁਹਾਡੇ ਪਿੰਡੇ ਚ ਹੋਣਾ ਸਕੂਲ ਉਹ ਆਸ਼ ਦੇ ਉਹਦੋਂ ਆਸ਼ ਜਮਾਦਾ ਸੀ ਹੂੰ ਤੇ ਹੁਣ ਮੈਂ ਗਿਆ ਹੁਣ ਕੱਲ ਜਿ ਬਣਿਆ ਹਾਂ ਆ ਉੱਥੇ ਫਿਰ ਵਾਦਾ ਹੁੰਦਾ ਹੀ ਹੈ ਹਾਂ ਕਿੰਨੀਆਂ ਕਲਾਸਾਂ ਪੜੇ ਸੋ ਉੱਥੇ ਉਹ ਉੱਥੇ 8ਵੀਂ ਵਿੱਚ ਤਾਂ ਲਿਆ ਸੀ ਹੈ ਤੁਸੀਂ ਤਾਂ ਫਿਰ ਚੰਗੇ ਭਲੇ ਲੈਕਸੋ ਉੱਥੇ ਹਾਂ 8ਵੀਂ ਵਿੱਚ ਤਾਂ ਲਿਆ ਪਤਾ ਨਹੀਂ ਫਿਰ ਫੇਲ ਹੋਏ ਕਿ ਪਾਸ ਕਿੱਥੇ ਰਗੇ ਨਹੀਂ ਨਹੀਂ ਜਿਹੜੇ ਰਾਜਪੂਤਾਂ ਦੇ ਬਾਲ ਹੁੰਦੇ ਨੇ ਨਾ ਉਹ ਥੋੜੇ ਜੇ ਗਰਮ ਹੁੰਦੇ ਨੇ ਤੇ ਸਕੂਲੇ ਜਾਣ ਲੱਗਿਆ ਨਾ ਚਲੋ ਮੈਂ ਵੀ ਕਰਮੇ ਸਾਂ ਲੁੱਟਾਂ ਟੁੱਡੇ ਮਾਰਦੇ ਨੇ ਤੁਸੀਂ ਪਹਿਲੇ ਦਿਨ ਜਦੋਂ ਗਏ ਸੀ ਤਾਂ ਚੁੱਪ ਕਰਕੇ ਸਕੂਲੇ ਟੁਰ ਗਏ ਸੀ ਉਹ ਕਿ ਜਾਂ ਫਿਰ ਤੁਸੀਂ ਵੀ ਕੋਈ ਹੱਥ ਚਲਾ ਕੇ ਕੀਤੀ ਸੀ ਨਹੀਂ ਮੈਨੂੰ ਜੇ ਮੇਰਾ ਬਾਪੂ ਲੈ ਕੇ ਗਿਆ ਸਕੂਲੇ ਹਮ ਬਮਸ ਦੇਖ ਰਹੀ ਸੀ ਜਿਹੜਾ ਹਾਂਜੀ ਪਹਿਲੇ ਦਿਨ ਉਹ ਕਹਣ ਲੱਗਾ ਹੱਡੀਆਂ ਮੇਰੀਆਂ ਨੇ ਮਸਤ ਤੇ ਚੰਮ ਤੇਰਾ ਚੰਮ ਤੇਰਾ ਹਾਂਜੀ ਮਸਤਰ ਨੂੰ ਆਖਿਆ ਹਾਂ ਜੀ ਜੀ ਤੇ ਜਾਂਦੇ ਰਹੇ ਬਸ ਨਾਲ ਹੀ ਸਕੂਲ ਵੀ ਸਾਡੇ ਹਾਂਜੀ ਇਹਦਾ ਇਹ ਮਤਲਬ ਹੈ ਕਿ ਤੁਹਾਨੂੰ ਕੋਈ ਕਦੀ ਮਾੜੀ ਚੰਗੀ ਹੁਲਾਉਂਦੇ ਵੀ ਸਨ ਤੇ ਤੁਸੀਂ ਮਾਰਦੇ ਵੀ ਸਨਗੇ ਸਾਰੇ ਕੰਮ ਹੁੰਦੇ ਸਨ ਸਹਿ ਜਾਂਦੇ ਸੋ ਉਸਾਂ ਲ ਆਪਣੀ ਲੋਰਨਸਾ ਨਾਲ ਹਾਂਜੀ 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 ਜੀ ਉਸਤਾਦ ਦੇ ਚਾਣਾ ਤੇ ਫਿਰ ਵਾਰਿਆ ਖਾਂਦੀ ਇਹਨੇ ਹਾਂ ਹਾਂ ਗਲਤੀਆਂ ਹੁੰਦੀਆਂ ਨੇ ਬੱਚਾਂ ਕੋਲ ਹੂੰ ਜ਼ਮੀਨ ਜਿਹੜੀ ਸੀ ਉੱਥੇ ਉਹ ਆਬਾਦ ਸੀ ਵਾਈ ਬੀਜੀ ਹੁੰਦੀ ਸੀ ਵਾਈ ਬੀਜੀ ਹੂੰ ਤੇ ਪਾਣੀ ਬਾਰਸ਼ੀ ਬਰਾਂ ਬਾਰਚੀਂ ਬਰਾਨੀ ਹੂੰ ਠੀਕ ਹੈ ਇਹ ਆਪਣੇ ਕੋਲ ਕਿੰਨੀ ਕੋ ਪੈਲੀ ਸੀ ਉੱਥੇ ਤੁਹਾਡੇ ਕੋਲ ਮੇਰੇ ਕੋਲ ਜੀ ਉਥੇ ਉਥੇ ਦੇ 3 ਮਰਬੇ ਸੀ ਹੂੰ ਹੂੰ ਉਹ ਫਿਰ ਨੰਬਰ ਜਿ세 ਆ ਕੇ ਇਹ ਚਾਹੀ ਸੀ ਨਰੀ ਜੀ ਤੋ ਬਰਾਨੀ ਸੀ ਉਹ ਨੰਬਰ ਫ ਉਹ ਯੂਨਟ ਕੱਟ ਗਏ ਹਾਂਜੀ ਹਣੇ ਇੱਕ ਮਰਾ ਬਾਬ ਜਮੀਨ ਪਈ ਦੀ ਇੱਥੇ ਆ ਹੂੰ ਇਹ ਉੱਥੇ ਹਰ ਜਿਹੜੀ ਫਸਲ ਉਹ ਹੋ ਜਾਂਦੀ ਹੁੰਦੀ ਸੀ ਸਾਰੀ ਫਸਲ ਹੂੰ ਕਮਾਦੀ ਦੀ ਮੁੰਜੀ ਦੀ ਸਭ ਕੁਝ ਹੋ ਜਾਂਦੇ ਹੂੰ ਉੱਥੇ ਕੋਈ ਮੇਲਾ ਲੱਗਦਾ ਹੁੰਦਾ ਸੀ ਤੁਹਾਨੂੰ ਯਾਦ ਹੋਏ ਮੇਲਾ ਲੱਗਦਾ ਸੀ ਮੇਲੇ ਦੇ ਖੇਰੀ ਮੇਲੇ ਲੱਗਦੇ ਨੇ ਹੂੰ ਮੇਲੇ ਸਭ ਸਾਡੇ ਮਕਾਨਾਂ ਤੋਂ ਜਨੂਬੀ ਤਰਫ ਦਰਬਾਰ ਸੀ ਹੂੰ ਮੇਲਾ ਲੱਗਦਾ 11 ਦਿਨ ਅੱਛਾ 5-4 ਦਿਨ ਦੁਕਾਨਾਂ ਲੱਗਿਆ ਰਹੇ ਨੇ ਜੀ ਦੋ ਤਿੰਨ ਦਿਨ ਉਜੜਨ ਲੱਗ ਰਹੇ ਜੀ ਵਿਚਕਾਰ ਚੰਨਾ ਦੇ ਹਿਸਾਬ ਨਾਲ 3 ਤਰੀਕ ਨੂੰ ਮੇਲਾ ਲੱਗਦਾ ਹੈ ਜੀ ਹਾਂ ਠੀਕ ਬੜਾ ਮੇਲਾ ਲੱਗਦਾ ਚੰਗੀ ਪੱਲੀ ਰੌਣਕ ਹੁੰਦੀ ਸੀ ਬੜਾ ਜੀ ਕਸਮਾ ਪਹਿਲਵਾਨ ਆਉਂਦੇ ਸਨ ਗਵਈਏ ਆਉਂਦੇ ਸਨ ਸਾਰੇ ਕੰਮ ਹੁੰਦੇ ਹਨ ਮਸੀਤਾਂ ਕਿੰਨੀਆਂ ਸਨ ਪਿੰਡ ਵਿੱਚ ਪੰਜ ਪੰਜ ਮਸੀਤਾਂ ਪੰਜ ਸਨ ਤੇ 6ਵੀਂ ਬਾਰ ਸੀ ਹੂੰ ਉਹਦੇ ਇੱਕ ਮਾਜਰਾ ਪਿੰਡ ਸੀ ਜੀ ਜੀ ਉਹਨਾਂ ਜ਼ਮੀਨ ਦੂਰ ਸੀ ਉੱਥੇ ਪਿੰਡ ਬਸ ਗਿਆ ਹੈ ਹੈ ਨੀ ਕੋਈ ਧਰਮਸ਼ਾਲਾ ਨਹੀਂ ਸਾਡੇ ਵਿੱਚ ਕੋਈ ਨਹੀਂ ਸੀ ਹੈ ਅੱਛਾ ਜਿਹੜਾ ਤੁਸੀਂ ਦੱਸਿਆ ਕਿ ਰਾਮ ਪ੍ਰਕਾਸ਼ ਤੁਹਾਡੇ ਨਾਲ ਪੜਦਾ ਸੀ ਹੈ ਕੀ ਨਾ ਤੁਹਾਡੇ ਨਾਲ ਕਿਹੜਾ ਮੁੰਡਾ ਹਿੰਦੂਆਂ ਦਾ ਪੜਦਾ ਸੀ ਓਮ ਪ੍ਰਕਾਸ਼ ਓਮ ਪ੍ਰਕਾਸ਼ ਤੇ ਉਹ ਬੰਈਆ ਬੰਈਆ ਸੀ ਉਹ ਬੰਈਆ ਸੀ ਠੀਕ ਹੈ ਤੇ ਉਹਦੇ ਬਾਰੇ ਵਿੱਚ ਦੱਸੋ ਕੋਈ ਕਿ ਉਹ ਤੁਹਾਡੇ ਨਾਲ ਉਹਦਾ ਉੱਠਣਾ ਬੈਠਣਾ ਫੇਰਨਾ ਟੁਰਨਾ ਕਿੰਜ ਦਾ ਹੁੰਦਾ ਸੀ ਬੜਾ ਬਿਹਤਰ ਸੀ ਹੂੰ ਜਿੰਨਾ ਝੂਠ ਮਾਰਸੀ ਫਿਰ ਬਿਹਤਰ ਸੀ ਚੰਗਾ ਮੁੰਡਾ ਸੀ ਮੁੰਡਾ ਬੀਤੇ ਹੋਰ ਵੀ ਸੀ ਆ ਬਤੇਰੇ ਮੁੰਡੇ ਹਾਂਜੀ ਇੱਕ ਰਤਨ ਸੀ ਮੁੰਡਾ ਹਾਂਜੀ ਸਾਰੇ ਮੁੰਡਾ ਨੇ ਉਹਨਾਂ ਦੇ ਖਲੀਏ ਸੀ ਹਾਂਜੀ ਮਾਰੀ ਇੱਕ ਸਰੀਏ ਇਥੀ ਐਡੇ ਬਿਚਾਰੇ ਜੀ ਜੀ ਕਰਦੇ ਅਸੀਂ ਵੀ ਜੀ ਕਰਦੇ ਹਾਂ ਉਹ ਵੀ ਜੀ ਕਰਦੇ ਸੀ ਇੰਜ ਰਲ ਕੇ ਰਹਿੰਦੇ ਸੋ ਤੁਸੀਂ ਇੱਕ ਦੂਜੇ ਬੇਸ਼ੱਕ ਇੰਨੇ ਜੀ ਉਹਨ ਉਸ ਟਾਈਮ ਰਲ ਕੇ ਇੱਥੇ ਨਹੀਂ ਰਹਿ ਸਕਦੇ ਹਾਂ ਹਾਂ ਇੱਥੇ ਕੋਈ ਕਹੀ ਆ ਕੋਈ ਕਿਧਰ ਜਾ ਕਿਧਰ ਜਾ ਹੋ ਗਿਆ ਇੱਕ ਦੂਜੇ ਦੇ ਘਰ ਵੀ ਤੁਸੀਂ ਆਉਂ ਜਾਂਦੇ ਹੋ ਘਰ ਮੈਂ ਇਹੇ ਇਤ ਪਾਠੇ ਪਰ ਫਿਰ ਰਹੇ ਹਾਂ ਹਮ ਲੱਗੇ ਜਈਏ ਫੇ ਹਾਂਜੀ ਸੌਦਾ ਵੀ ਲੈਣ ਜਾਂਦੇ ਦੁਕਾਨਾਂ ਦੇ ਹਮ ਹਮ ਸਾਰੇ ਦੇ ਘਰ ਹਮ ਮੈਂ ਉਹਨੇ ਨਿਤਾਂਜ ਜਦੋਂ ਗਿਆ ਉਹ ਪ੍ਰਕਾਸ਼ ਦੇ ਘਰ ਗਿਆ ਉਹਦੇ ਵਕਤ ਟਾਪਰ ਕੋਲ ਬੈਠਾ ਸਾਰੇ ਹਿਸਾਬ ਕਿਤਾਬ ਹੋਇਆ ਹਮ ਠੀਕ ਹੈ ਅੱਛਾ ਇਹ ਦੱਸੋ ਕਿ ਰਹਿਨ ਸਹਿਨ ਤੇ ਉੱਥੇ ਵਧੀਆ ਸੀ ਤੁਹਾਡਾ ਸਾਰਾ ਕੁਝ ਤੇ ਜਦੋਂ ਫਿਰ ਤੁਸੀਂ ਉਥੋਂ ਉੱਥੇ ਜਦੋਂ ਵੰਡ ਹੋਈ ਪਾਕਿਸਤਾਨ ਜਦੋਂ ਬਣਿਆ ਸੀ ਕੀ ਹਾਲਾਤ ਹੋਏ ਸਾਨੂੰ ਉਹਨਾਂ ਪਿੰਡਾਂ ਵਿੱਚ ਉੱਥੇ ਉਹਦੋਂ ਹਾਲਾਤ ਯਾਨੀ ਸਾਡੇ ਪਿੰਡ ਦੇ ਗੋਂ-ਗਾਉਂ ਤੋਂ ਹੋਏ ਜੀ 80-85 ਪਿੰਡ ਸਨ ਇਕੱਠੇ ਹੋਏ ਹਾਂਜੀ ਹਾਂਜੀ ਉਧਰ ਕੇ ਆ ਗਏ ਹਾਂ ਤੇ ਇੱਥੇ ਬੈਠੇ ਸਹਾ ਦੇ ਵਿੱਚ ਸਹਾ ਦੇ ਵਿਆਗ ਇਸ ਲਈ ਕਿ ਇਹ ਮੁਸਲਮਾਨਾਂ ਕਾਹ ਪੇ ਲੱਗ ਗਿਆ ਸੀ ਕਾਹ ਪਿੰਡ ਸੀ ਕਾਹ ਕਾਹ ਪੇ ਲੱਗ ਗਿਆ ਟਕੜਾ ਟਕੜਾ ਪਿੰਡ ਸੀ ਹੂੰ ਉਹਨਾਂ ਪਿੰਡਾਂ ਜਿਹੜੇ ਬਾਹਰੋਂ ਆਏ ਹਨ ਉਹਨਾਂ ਦੇ ਕਤਲੋ ਕਰਤ ਹੋਏ ਹਾਂ ਸਾਡੇ ਪਿੰਡ ਕੋਈ ਕਤਲੋ ਕਰਤ ਨਹੀਂ ਹੋਇਆ ਹਾਂ ਯਾਨੀ ਇਹਨੇ ਕਾਂਪ ਲਗਾਏ ਦੁਨੀਆ ਜਿਹੜੇ ਬੰਦੇ ਸਨ ਉਹ ਬਾਹਰ ਹੁੰਦੇ ਹਨ ਤੇ ਪਿੰਡ ਖਾਲੀ ਹੋ ਗਿਆ ਜੀ ਬੀਵੀਆਂ ਵਾਸਤੇ ਹਾਂਜੀ ਹਰ ਬੰਦੇ ਨੇ ਜਿੱਦਾਂ ਕੋਈ ਥੋੜਾ ਬਾਤ ਤਾਂ ਰੱਖ ਲਿਆ ਹਾਂਜੀ ਆਪਣੇ ਬਾਅਦ ਬਾਕੀ ਪਿੰਡ ਨੂੰ ਉਹਨੇ ਦੇ ਚੜੇ ਠੀਕ ਹੈ ਕੋੜਵਾ ਕਿੰਨਾ ਕੁ ਦੂਰ ਸੀ ਤੁਹਾਡੇ ਤੋਂ ਕੋੜਵਾ ਚਾਰ ਕੋ ਮੈਂ ਬਜ਼ੁਰਗਾਂ ਕੋਲ ਸੁਣਿਆ ਉੱਥੇ ਬਹੁਤ ਮਾਰ ਉੱਥੇ ਕਤਲ ਹੋ ਗਏ ਕਤਲ ਬਹੁਤ ਹੋਏ ਫਿਲਖਣੀ ਦੇ ਕੋਲਵਾ ਦੋ ਕਤਲ ਕਰਦੇ ਹੋਏ ਹਾਂ ਠੀਕ ਜੀ ਬੀਬੀਆਂ ਵੀ ਉੱਥੇ ਬਹੁਤ ਚੁੱਕੀਆਂ ਗਈਆਂ ਸਨ ਉੱਥੇ ਬੀਬੀਆਂ ਮੇ ਚੁੱਕ ਗਏ ਸਾਰੇ ਕੰਮ ਹੋਏ ਨੇ ਉੱਥੇ ਦੇ ਹੂੰ ਖੂਹਾਂ ਛਾਲਾ ਮਾਰ ਗਿਆ ਨੇ ਹੂੰ ਜਿਹੜੀ ਕਾਬੂ ਨਾ ਜਾ ਗਿਆ ਆ ਗਈ ਬਜ਼ੁਰਗ ਇਹ ਹਰ ਜਿਹੜੇ ਉਧਰੋਂ ਆਉਣ ਵਾਲੇ ਮੁਸਲਮਾਨ ਨੇ ਨਾ ਉਹ ਸਾਰੇ ਦੱਸਦੇ ਨੇ ਕਿ ਉੱਥੇ ਬੀਬੀਆਂ ਚੁੱਕਣ ਦੀ ਅਖੀਰ ਹੋਈ ਸੀ ਬੜੇ ਉਹਨਾਂ ਨੇ ਜ਼ੁਲਮ ਦੇ ਪਹਾੜ ਥਰੋਲ ਦਿੱਤੇ ਸਨ ਮੁਸਲਮਾਨਾਂ ਤੇ ਜੀ ਮੁਸਲਮਾਨਾਂ ਦੇ ਉੱਥੇ ਜਿੱਥੇ ਹਮਲਾ ਕੀਤਾ ਤੇ ਕਾਬੂ ਆ ਗਏ ਜੋ ਮਰਜੀ ਕਰ ਉਹਨਾਂ ਦੇ ਕਤਲ ਪਿਲਖਣੀ ਦੇ ਦੇ ਦਰਬਾਰ ਸੀ ਹਾਂਜੀ ਉੱਥੇ ਜਿਹੜੇ ਉੱਥੇ ਮਤਕਲੀ ਸਨ ਉਹ ਕਤਲ ਕਰ ਛੜੇ ਨੇ ਹੂੰ ਹੂੰ ਤੁਸੀਂ ਆਪਣੇ ਜਿਹੜੇ ਲਗਦੇ ਲਾਣੇ ਇੱਥੇ ਸਹੇ ਦੇ ਬੈਠੇ ਹੋਣ ਜਾਂ ਪਿਲਖਣੀ ਦੇ ਜਾਂ ਫਿਰ ਕਿਸੇ ਹੋਰ ਨਾਲ ਦੇ ਪਿੰਡ ਦੇ ਬੈਠੇ ਹੋਣ ਉਹ ਸਾਰੇ ਉਥੋਂ ਔਖੇ ਹੋ ਕੇ ਉੱਠ ਕੇ ਆਏ ਨੇ ਲੋ ਔਖੇ ਤੱਕ ਜਗਾ ਚੜਨਾ ਦਿੱਤ ਹਾਂਜੀ ਕੱਢਿਆ ਕੱਢਿਆ ਉੱਥੋਂ ਤੁਹਾਨੂੰ ਕਿਉਂ ਗਿਆ ਸੀ ਕਿ ਤੁਸੀਂ ਮੁਸਲਮਾਨ ਸੋ ਯਾ ਐਸੀ ਵਜ੍ਹਾ ਤੋਂ ਹੀ ਨਾ ਐਸੇ ਵਜ੍ਹਾ ਜਿਵੇਂ ਮੁਸਲਮਾਨ ਉਹਨਾਂ ਉੱਥੇ ਨਹੀਂ ਸੰਦ ਰਹਿੰਦੇ ਉੱਥੇ ਰਹਨੇ ਤਾਂ ਤੇ ਬਾਅਦ ਦਾ ਵੀ ਹੋ ਗਿਆ ਬਸ ਹੋਰ ਕੀ ਆ ਹਾਂਜੀ ਤੇ ਜੇ ਰਹਿਣਾ ਹੁੰਦਾ ਤੇ ਤਰਮ ਬਦਲ ਕੇ ਰਹਿੰਦੇ ਨਾ ਜੀ ਨਾ ਹੂੰ ਤੇ ਮੁਸਲਮਾਨ ਨੇ ਤਰਮ ਨਹੀਂ ਬਦਲਿਆ ਨਾ ਐਨੀ ਕੁ ਸਾਰੀ ਗੱਲ ਹੈ ਹੂੰ ਤੇ ਕੋੜਵੇ ਦੇ ਵਿੱਚ ਤੇ ਇਨਾ ਪਿੰਨਾ ਦੇ ਵਿੱਚ ਚੰਗੀ ਪਲੀ ਵਡ ਟੁਕ ਹੋਈ ਸੀ ਵਡ ਕੋੜਵਾ ਤੇ ਪਿੰਖੀ ਦੋਵੇਂ ਪਿੰਨਾ ਦੇ ਬਾਅਦ ਵੱਡ ਕਟੋਈ ਆ ਹੂੰ ਹੂੰ ਫਿਰ ਤੁਸੀਂ ਜਦੋਂ ਪਿੰਡੋਂ ਨਿਕਲੇ ਸੋ ਤੇ ਸਭ ਤੋਂ ਪਹਿਲਾਂ ਆ ਕੇ ਰਾਹ ਵਿੱਚ ਕਿੱਥੇ ਬੈਠੇ ਸੋ ਸਹੇਤੂ ਸਹੇਰੇ ਜਿਹਵੇ ਤੇ ਨਿਕਲੇ ਅਸੀਂ ਵੱਡੀ ਦਾਲਾ ਦਿਨ ਸੀ ਵੱਡੀ ਹਾਂਜੀ ਕੁਰਬਾਨੀ ਲਈ ਹਮ ਅਸੀਂ ਅਜ਼ਾਨਾਂ ਦੇ ਵਕਤ ਨਿਕਲੇ ਪਿੰਡ ਤੋਂ ਬਹੁਤ ਇਕੱਠਾ ਹੋਇਆ ਜੀ ਕੋਈ ਪਹਿਲਾਂ ਨਿਕਲੇਗਾ ਪਿੱਛੇ ਉੱਥੇ ਲਾ 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 ਨਾ ਲੱਗੀ ਗੱਡਾਂ ਦੀ ਟੁਰ ਪਰ ਫਸੀਆਂ ਵਾਲੇ ਆ ਗਟੂਏ ਹਮ ਹਮ ਹਾਂ ਇੱਕ ਦਿਨ ਰਾਤ ਲੰਗੀ ਰਾਦੇ ਵਿੱਚ 10 ਮੀਲ ਪੰਡਾ ਜੀ ਘੰਟੇ ਦਾ ਰਾਸ ਸੀ ਨਾਲ ਪਰ ਦੁਨੀਆ ਵਿੱਚ ਰਾਹ ਕੋਈ ਨਹੀਂ ਖਤਮ ਹੁੰਦਾ ਹਾਂ ਬਾਲੇ ਬੈਠੇ ਸੀ ਹਾਂਜੀ ਹਾਂ ਬਾਲੇ ਅਸੀਂ ਆ ਗਏ ਕੋਈ ਵੀ ਬਾਈ ਦੇ ਲਹੇ ਹਾਂ ਫਿਰ ਕੰਪ ਚੱਲ ਫਿਰ ਰਰ ਕੱਢੇਗਾ ਉਤੋਂ ਅੱਛਾ ਰਾਜ ਫਿਰ ਤੁਸੀਂ ਅਗੂ ਟ੍ਰੇਨ ਤੇ ਬਹਿ ਕੇ ਆਏ ਸੋ ਨਾ ਗੱਡਿਆਂ ਤੇ ਗੱਡਿਆਂ ਤੇ ਕੋਈ ਹਮਲਾ ਤਾਂ ਨਹੀਂ ਸੀ ਹੋਇਆ ਤੁਹਾਡੇ ਕੋਈ ਨਹੀਂ ਹੋਇਆ ਹੂੰ ਅੱਛਾ ਤੁਸੀਂ ਫਿਰ ਇੱਥੇ ਸਭ ਤੋਂ ਪਹਿਲਾਂ ਜਦੋਂ ਪਾਕਿਸਤਾਨ ਆਏ ਸੋ ਸਭ ਤੋਂ ਪਹਿਲਾਂ ਕਿਹੜੇ ਪਿੰਡ ਵਿੱਚ ਤੁਸੀਂ ਬੈਠੇ ਸਵਾਗਤ ਇੱਥੇ ਇੱਥੇ ਅੱਛਾ ਇਹ ਦੱਸੋ ਇਸ ਪਿੰਡ ਦਾ ਕੀ ਨਾਂ ਹੈ ਦਰਵੇਸ਼ ਕੇ ਹੂੰ ਜ਼ਿਲ੍ਹਾ ਤੇ ਤਹਿਸੀਲ ਕਿਹੜੀ ਹੈ ਇਹਦੀ ਹਾਂ ਇਹ ਜੀ ਜ਼ਿਲ੍ਹਾ ਗੁਜਰਾਵਾਲਾ ਹੂੰ ਤੇ ਤਹਿਸੀਲ ਮਸੀਰਾਬਾਦ ਹੁਣ ਮਸੀਰਾਬਾਦ ਜ਼ਿਲ੍ਹਾ ਬਣ ਗਿਆ ਹਾਂ ਠੀਕ ਹੈ ਤੁਸੀਂ ਜਦੋਂ ਇੱਥੇ ਆਏ ਸੋ ਤੇ ਉਦੋਂ ਇਹ ਪਿੰਡ ਦੇ ਹਾਲਾਤ ਕੀ ਸੰਖੇਚ ਦੇ ਸਨ ਇੱਥੇ ਉਦੋਂ ਠੀਕ ਹੀ ਸਨ ਹਮ ਸਾਰੇ ਮਹਾਜਬ ਵੀ ਗਰੀਬ ਸਨ ਹਮ ਮੁਕਾਮੇ ਵੀ ਗਰੀਬ ਇਹਨਾਂ ਕੰਮੀ ਕਰ ਰਿਹਾ ਕਮਿਆਰ ਸੀ ਤੇ ਸੀ ਮੇ ਸਨ ਹਮ ਲਵਾਰਾ ਦੇ ਦੋ ਘਰ ਸਨ ਬਸ ਹੋਰ ਕੀ ਨਹੀਂ ਹਮ ਇੰਨੇ ਕੰਮੀ ਹੈ ਜਿਹੜੇ ਵਸਿੰਦੇ ਲੋਕ ਸਨ ਇੱਥੋਂ ਦੇ ਹਾਂ ਉਹਨਾਂ ਦੇ ਵਿੱਚੋਂ ਐਸੇਲੇ ਕੋਈ ਬਜ਼ੁਰਗ ਜਿਉਂਦਾ ਪਿਆ ਹੁਣ ਉਦੋਂ ਦਾ ਜਿੰਨੂੰ ਉਸ ਵੇਲੇ ਦੀ ਹੋਸ਼ ਹੋਏ ਹਮ ਤੁਸੀਂ ਫਿਰ ਉਥੋਂ ਆ ਗਏ ਤੇ ਫਿਰ ਪਿੰਡ ਕਿੰਨਾ ਕੋਈ ਯਾਦ ਆਉਂਦਾ ਰਿਹਾ ਸੀ ਤੁਹਾਨੂੰ ਵਾਹ ਪਿੰਡ ਦਾ ਫਿਰ ਯਾਦ ਹੁਣ ਆਉਂਦਾ ਹੈ ਹਾਂਜੀ ਉਦੋਂ ਮਗਰੋਂ ਫਿਰ ਤੁਸੀਂ ਪਿੰਡ ਹੋ ਕੇ ਆਏ ਹੋ ਜੀ ਹਾਂ ਕਿੰਨੀ ਵਾਰਾਂ 9 ਵਾਰਾਂ ਠੀਕ ਹੈ ਪਹਿਲੀ 86 ਤੋਂ ਲੈ ਕੇ ਨਲ ਰਣਵੇਂ ਤੱਕ ਹਾਂ 13 ਸਾਲਾਂ ਦੇ ਵਿੱਚ ਤੁਸੀਂ 9 ਵਾਰਾਂ ਹੋ ਕੇ ਆਏ ਹੋ ਹਾਂਜੀ ਤੇ ਪਹਿਲੀ ਵਾਰ ਜਦੋਂ ਤੁਸੀਂ ਗਏ ਸੋ ਤੇ ਦੱਸੋ ਜਰਾ ਤੁਸੀਂ ਇਥੋਂ ਕਿਵੇਂ ਗਏ ਸਾਰਾ ਸੁਣਾ ਦਿਓ ਗੱਲ ਇਥੋਂ ਲਾਹੌਰ ਗਏ ਆ ਹੂੰ ਵੀਜ਼ਾ ਲਵਾਇਆ ਪਹਿਲੇ ਫਿਰ ਲਾਹੌਰ ਗਏ ਟ੍ਰੇਨ 'ਚ ਬੈਠੇ ਸੀ ਹਮ ਬਾਲੇ ਉਤਰ ਗਏ ਹਾਂਜੀ ਉੱਥੇ ਜਾ ਕੇ ਸੀ ਡੀ ਆਈ ਦਫ਼ਤਰ ਹਾਜ਼ਰੀ ਦਿੱਤੀ ਅੱਗੋਂ ਫਿਰ ਥਾਣੇ 'ਚ ਗਏ ਹਾਂਜੀ ਉੱਥੇ ਹਾਜ਼ਰੀ ਦੀ ਪਿੰਡ ਆ ਗਏ ਪਿੰਡ ਜਿੱਦੋਂ ਦੂਰੋਂ ਵੇਖਿਆ ਸੀ ਤੇ ਇੱਕ ਤਰ੍ਹਾਂ ਦਿਲ ਨੇ ਹਮਲੇ ਮਾਰੇ ਕਿ ਉਹ ਹਾਂ ਮਿਲੇ ਕਿ ਸਭ ਬਸ ਚੁਫੇ ਭਲੀਏ ਦਿਲ ਨਹੀਂ ਨਹੀਂ ਫਿਰ ਵੀ ਦੱਸ ਦਿਓ ਨਹੀਂ ਦਿਲ ਖੁਸ਼ ਵੀ ਹੋਇਆ ਹਾਂ ਆਪਣਾ ਰਕਬਾ ਦੇਖ ਕੇ ਪਿੰਡ ਦੇਖ ਕੇ ਉਹ ਦਰਬਾਰ ਵੇਖ ਕੇ ਸਭ ਬੰਦਨ ਦੇ ਪਿੰਡ ਦਿਲ ਖੁਸ਼ ਵੀ ਹੋਇਆ ਹੂੰ ਬਾਕੀ ਫਿਰ ਦੇਖ ਦੇ ਕੇ ਹਰਾਨ ਪਰੇਸ਼ਾਨ ਵੀ ਹੋਇਆ ਹਾਂ 35 ਵੀ ਕਦੀ ਇੱਥੇ ਬਸਦੇ ਦਾ ਹੁਣ ਕੋਈ ਨਹੀਂ 39 ਵਰਿਆਂ ਮਗਰੋਂ ਤੁਸੀਂ ਗਏ ਸੋ ਉੱਥੇ ਹਾਂਜੀ ਤੇ ਮਸੀਤਾਂ ਹੈ ਸੰ ਤੁਹਾਡੀਆਂ ਬੱਚੀਆਂ ਉਦੋਂ ਮਸੀਤਾਂ ਜਿਹੜੀ ਸਾਡੇ ਮਸਜਿਦ ਸੀ ਨਾ ਉਹ ਤੋਂ ਸ਼ਹੀਦ ਹੋ ਗਈ ਸੀ ਹਾਂਜੀ ਦੂਜੀਆਂ ਐਸਨ ਚਾਰ ਹੂੰ ਗੁਰਦੁਆਰੇ ਤੇ ਨਹੀਂ ਸੰਭਲ ਗਏ ਉਹਨੇ ਨਹੀਂ ਹੂੰ ਇਹ ਦੂਆ ਬਾਦ ਹਮਨੇ ਅੱਛਾ ਨਾ ਠੀਕ ਹੈ ਤੇ ਜਿਹੜੀ ਜਮਾ ਮਸਦਿ ਸੀ ਉਹ ਬਰਬਾਦ ਹੋ ਗਈ ਜੀ ਹਾਂਜੀ ਤਬਾਹ ਹੋ ਗਈ ਹੂੰ ਤੁਸੀਂ ਜਦੋਂ ਗਏ ਸੋ ਤੇ ਉਦੋਂ ਤੁਸੀਂ ਜਦੋਂ ਪਿੰਡ ਵਿੱਚ ਬੜੇ ਸੋ ਉੱਥੇ ਜਾ ਕੇ ਤੇ ਕੱਲੇ ਸੋ ਉਦੋਂ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਹੈ ਨਹੀਂ ਮੇਰੇ ਨਾਲ ਕੋਈ ਨਹੀਂ ਤੁਸੀਂ ਜਦੋਂ ਪਿੰਡੇ ਵਿੱਚ ਗਏ ਤੇ ਸਭ ਤੋਂ ਪਹਿਲਾਂ ਜਾ ਕੇ ਕਿਦਾ ਪੁੱਛਿਆ ਸੀ ਤੁਸੀਂ ਆ ਕਿ ਫਲਾਣਾ ਹੈ ਵੇ ਮੈਂ ਉਤੋਂ ਉਸ ਵਕਤ ਪੁੱਛਿਆ ਮੈਂ ਦਰਬਾਰ ਤੇ ਆਇਆ ਹੂੰ ਜਹੂਦੀ ਨਮਾਜ਼ ਕাজা ਪੜੀ ਹੂੰ ਅਸਰ ਦੀ ਆਦਾ ਪੜੀ ਹੂੰ ਦੋ 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 ਕਰਜ਼ ਪਰ 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 ਹਾਂਜੀ ਸਫਰ ਸੀ ਮੈਂ ਫੇਰ ਆਪਣੇ ਮਕਾਨ ਨਾਲ ਚੱਲ ਰਿਹਾ ਹੂੰ ਜਦੋਂ ਦਰਬਾਰ ਦੀ ਹਦੂਦ ਤੇ ਨਿਕਲਿਆ ਬਾਹਰ ਚੂੜਿਆਂ ਦਾ ਘਰ ਸੀ ਹਾਂਜੀ ਹੈਂ ਪੋ ਚੂੜੇ ਦੇ ਨਾਲ ਲਿੱਲੂ ਸੀ ਹੂੰ ਉਹ ਆਪਣਾ ਮੋਹ ਆਤੋ ਰਾਜ ਗੱਡਵੇ ਜੀ ਮੈਂ ਉਹਨੂੰ ਪੁੱਛਿਆ ਮੈਂ ਵੀ ਉਹਨੂੰ ਮੇਰੇ ਸਾਹ ਸਮਝ ਆਈ ਵੀ ਚਿੱਟ ਕਪੜਾ ਕੋਈ ਮਜ਼ਦੂਰ ਲੈਣ ਆਇਆ ਹਾਬ ਤੁਹਾਡੇ ਕਪੜੇ ਵੇਖ ਕੇ ਤੇ ਲੋਕਾਂ ਨੇ ਇਹ ਨਹੀਂ ਸੀ ਜਾਨਿਆ ਕਿ ਤੁਸੀਂ ਪਾਕਿਸਤਾਨ ਤੋਂ ਆਏ ਹੋ ਨਹੀਂ ਨਹੀਂ ਅੱਛਾ ਪਾ ਗੋਤੇ ਤਾਂ ਗੱਲ ਆਪਣੇ ਵਾਸਤੇ ਮਾਰਾ ਲਬਾਸ ਇੱਕੋ ਹੀ ਥਾ ਅੱਛਾ ਜੀ ਠੀਕ ਹੈ ਮੈਂ ਧੋਤੀ ਪਾਈ ਦਿਨ ਹੂੰ ਤੇ ਉਹ ਮੋਹ ਆਤੋਂਦਾ ਸੀ ਮੈਂ ਉਹਨੂੰ ਪੁੱਛਿਆ मैं लीलू मेरा नाम लीलू है, है। तो अंज करके अल जोड़े चलो मूं मैं घबरा नाम मैं कुछ नहीं कहता तेनू मैं पाकिस्तान तो आया वो खुश हो सब दरबार नमाज नहीं पड़ी चाह पानी पी लिया ਦਰਬਾਰ ਵਾਲੇ ਮਨੋਂ ਤੋਂ ਉੱਠਣ ਵੀ ਨਹੀਂ ਦਿੰਦੇ ਹਾਂ ਮੈਂ ਵੀ ਨਹੀਂ ਨਾਲੇ ਕਿਲਾ ਸੀ ਉੱਥੇ ਮਕਾਨ ਨਹੀਂ ਮੇਰੇ ਮੈਂ ਉੱਥੇ ਉੱਥੇ ਜਾ ਹਾਂ ਉੱਥੋਂ ਜਨਾਬ ਇੱਕ ਮਿੰਟ ਇਹ ਜਿਹੜਾ ਲੀਲੂ ਸੀ ਇਹ ਤੁਹਾਡਾ ਹਾਨੀ ਫਾਨੀ ਸੀ ਜਾਂ ਫਿਰ ਵੱਡਾ ਸੀ ਮੇਰੇ ਮੇਰੇ ਕੋਈ 2-4 ਸਾਲ ਵੱਡਾ ਸੀ ਵੱਡਾ ਸੀ ਤੇ ਇਹਨੇ ਤੁਹਾਨੂੰ ਸੰਜਾਣਾ ਕਿ ਕੋਈ ਨਾ ਨਹੀਂ ਹੋ ਨਹੀਂ ਸੰਜਾਣਾ ਤੁਸੀਂ ਦੱਸਿਆ ਵੀ ਨਾ ਕਿ ਮੈਂ ਇਥੋਂ ਹੀ ਉੱਠ ਕੇ ਗਿਆ ਹਾਂ ਅੱਛਾ ਫਿਰ ਅੱਗੇ ਗਏ ਤੁਸੀਂ ਉਹ ਪੁੱਛਣ ਲੱਗ ਗਏ ਹਾਂ ਅਸੀਂ ਦੋਵੇਂ ਟੋਰ ਪਰ ਉਹ ਚੂੜਾਂ ਛੱਤੀ ਛੱਦੀ ਸੀ ਉਹ ਕੱਢ ਕੇ ਇਹ ਗੱਡੀਆਂ ਕੰਮ ਹੁੰਦੀ ਸੀ ਆਹੋ ਪੇਡਾ ਚਗਾਣਾ ਦੇ ਦੋ ਮਮ ਉਹਨਾਂ ਦੇ ਮਕਾਨ ਸਨ ਅੱਗੇ ਫਿਰ ਸਾਡੇ ਆਪਣੇ ਮਕਾਨ ਹਾਂਜੀ ਮੇਰੀ ਬਰਾਦਰੀ ਦੇ ਮਕਾਨ ਸੀ ਉਹਨੂੰ ਪੁੱਛਾਂ ਮੈਂ ਇਹ ਕਿਦਾ ਇਹ ਫਲਾਣੇ ਦਾ ਇਹ ਕਰਮ ਵਖਰੇ ਦਾ ਇਹ ਫਲਾਣੇ ਦਾ ਹਾਂ ਮੈਨੂੰ ਪੁਰਦਾਤੋਂ ਆ ਗਿਆ ਮੈਥਾਬ ਕੋ ਦੱਸਾਂ ਹੂੰ ਮੈਂ ਸਿੱਧਾ ਆ ਗਿਆ ਪੀਪਲ ਕੋਲ ਕੋ ਕੋਲ ਆ ਗਿਆ ਆ ਗਲੀ ਜੀ ਮੋੜ ਮੋੜਿਆ ਮੈਂ ਇਹ ਬੈਠੇ ਕੀ ਦੀ ਆਪਣੀ ਬੈਠੇ ਕੋਲ ਆ ਗਿਆ ਨਾ ਹਾਂਜੀ ਐ ਕੀ ਦੀ ਐ ਅਲਾਦੀਏ ਦੇ ਇਬਰਾਹਿਮ ਦੇ ਚਾਚੇ ਜੀ ਹੂੰ ਮੈਂ ਫਿਰ ਹੁਣ ਮੇਰੇ ਨਾਲ ਬੈਠ ਉਹ ਮੇਰੇ ਭਰਾ ਮੈਂ ਤਾਂ ਸਕੂਲੀ ਸਕੂਲੀ ਆ ਹਾਂਜੀ ਨਹੀਂ ਉਹ ਮੇਰੇ ਭਰਾ ਦਾ ਨਾਮ ਪੁੱਛ ਤਾਏ ਦਾ ਵਾਂ ਮੈਂ ਉਹ ਨਹੀਂ ਮੈਂ ਭਰਾ ਵੱਡਾ ਸੀ ਤਾਂ ਇਹਦਾ ਪੁੱਤਰੀ ਵੱਡਾ ਸੀ ਹੂੰ ਉਹਨਾਂ ਜ਼ਿੰਮੇਵਾਰੀ ਦੇ ਕੰਮ ਵਿੱਚ ਹਾਲੀ ਰੱਖਣਾ ਉਹਨਾਂ ਨੌਕਰ ਰਹਿੰਦੇ ਸਨ ਹਾਂਜੀ ਹਾਂ ਮੈਂ ਆਵੇ ਉਹਨੂੰ ਫਿਰ ਮੈਂ ਦੱਸਿਆ ਮੇਰੇ ਵੱਡੇ ਭਰਾ ਦਾ ਨੀ ਫੇਨਾ ਹੂੰ ਮੇਰਾ ਨਾਂ ਰਸੀਦ ਹੈ ਹਾਂਜੀ ਪਰ ਇਹ ਗੱਲ ਹੈ ਮੈਂ ਇਹ ਨਾਂ ਨੇ ਮੇਰਾ ਨਹੀਂ ਦਸਤੀ ਦੇ ਰਹੇ ਹੂੰ ਹੂੰ ਤੈਨੂੰ ਦੱਸ ਚੜਾ ਅਸੀਂ ਫਿਰ ਅਗੋਂ ਚੱਲ ਪਏ ਹੂੰ ਨਹੀਂ ਯਾਰ ਅਗੋਂ ਪੁਲੀ ਆ ਗਈ ਪੁਲੀ ਤੋਂ ਲੈਣ ਲੱਗਾ ਮੈਂ ਨਹੀਂ ਹੁਣ ਸਕੂਲੇ ਚਲੀਏ ਇਹ ਸਕੂਲ ਤੇ ਪੜ੍ਹੇ ਨੇ ਦੇਖਿਆ ਵੇ ਸਾਬ ਹੂੰ ਤੇ ਮਗਰ ਮਗਾ ਟਾਈਮ ਹੋ ਗਿਆ ਹੂੰ ਉੱਥੇ ਮੈਂ ਨਮਾਜ਼ ਪੜ੍ਹੀ ਸਕੂਲੇ ਫਿਰੇ ਸੋ ਜਿਦੂ ਅੰਦਰ ਗਏ ਸੋ ਜਿਦੂ ਸਕੂਲ ਦੀ ਸਕੂਲ ਬਦਲ ਗਈ ਸੀ ਸਕੂਲ ਦੇ ਜਿਹੜਾ ਮਤਲਬ ਨੇ ਸਕੂਲ ਦੇ ਚਾਰ ਦਿਵਾਰੀ ਕੋਈ ਨਹੀਂ ਸੀ ਹੂੰ ਉਹ ਕਾਲ ਦੇ ਬਣ ਗਏ ਜਗ੍ਹਾ ਬੇਵਾਵਨ ਤੋ ਨਮਾਜ਼ ਪੜਨ ਲੱਗੇ ਉਹ ਜਿਹੜਾ ਚੌਕੀਦਾਰ ਹੁੰਦਾ ਸੀ ਉਹਨੂੰ ਪੁੱਛਦਾ ਝੂੜੇ ਨੂੰ ਹੈ ਕੀ ਹੈ ਇਹ ਕੀ ਕਰਦਾ ਕਬਰੇ ਉਹਨੂੰ ਪਤਾ ਨਹੀਂ ਮੁਸਲਮਾਨਾਂ ਦੇ ਨਾ ਲੈ ਕੇ ਹੁਣ ਇਹ ਆਪਣੀ ਬਾਤ ਕਰਦਾ ਉਤੋਂ ਅਸੀਂ ਨਮਾਜ਼ ਪੜ ਕੇ ਚੱਲ ਪੈਂ ਤੇ ਲੈਟਾਂ ਬੰਦ ਚੱਲ ਰਿਖੂ ਮਹਾਰਾਣੀ ਜਗਿੰਦਰ ਸਿੰਘ ਜੀ ਉਹ ਬੋਲਦਾ ਹੁੰਦਾ ਸੀ पिछ पता नहीं की बोलता कि नहीं कम हाँ। उस चूड़े का मैनू लीलू पुछ लगा ये कौन मैं भी खुदा ना भलाया जोगिंद्र सिंह हाँ। चालीस साल बाद जाने हाँ, वो जदों ने थोड़ा मैं उन्होंने कहा सरदार जी बागरू का पता अह हाँ। बागरू का पता करने पाकिस्तान चले गए हाँ। मैं मैं भी वही हाँ ਪਾਕਿਸਤਾਨ ਦੇ ਉਹ ਵਿਚਾਰਾ ਉਧਰ ਦੀ ਜਾਨ ਬਾਹਰ ਜਿੱਥੇ ਚੱਲ ਜਾ ਜੀ ਉਧਰ ਦੀ ਬਜਾਏ ਪਿਛਾ ਮੁੜ ਗਿਆ ਤੁਹਾਡੇ ਅੱਲਾ ਆ ਗਿਆ ਹਾਂ ਨਹੀਂ ਪਿਛਾ ਆਪਣੇ ਘਰ ਆ ਮੁੜ ਗਏ ਉੱਥੇ ਜਾ ਕੇ ਬੈਠੇ ਬੁੱਢੇ ਮੈਂ ਹਾਂ ਮੈਨੂੰ ਪਛਾਣਿਆ ਹਾਂ ਨਹੀਂ ਚਲੋ ਖੈ ਉਹਨੇ ਆਪਣੇ ਮੁੰਡੇ ਨੂੰ ਬੁਲਾਇਆ ਚਾਹ ਪਕਵਾਈ ਰੋਟੀ ਰਾਟੀ ਨੂੰ ਕਿਹਾ ਘਰ ਵਿੱਚ ਪਕਾ ਉਹ ਜਿਹੜਾ ਲਿੱਲੂ ਸੀ ਮਾਨ ਨੂੰ ਆਖਿਆ ਉਹਨੂੰ ਮੈਂ ਪੁੱਛ ਲਿਆ ਸੀ ਪਹਿਲਾਂ ਵੀ ਕਿਹੜਾ ਕਿਹੜਾ ਜਿਉਂਦਾ ਕਿਹੜਾ ਕਿਹੜਾ ਮਰ ਗਿਆ ਹਾਂਜੀ ਉਹਨੇ ਦੱਸ ਓਮ ਪ੍ਰਕਾਸ਼ ਐ ਸੀ ਆਹੋ ਓਮ ਪ੍ਰਕਾਸ਼ ਤੋਂ ਬਾਅਦ ਚ ਮਿਲਦਾ ਮੈਨੂੰ ਅੱਛਾ ਅੱਛਾ ਇਹ ਤਾਂ ਆਪਣਾ ਆਪਣਨ ਦੇ ਦੀ ਗੀ ਚੂੜੇ ਸੀ ਮਰਦੇ ਸਾਰ ਨਾ ਉਹਨਾਂ ਨੂੰ ਮਿਲਦੇ ਹੋ ਬੇ ਹਾਂ ਅੱਛਾ ਹਾਈ ਉੱਥੇ ਬਾਕੀ ਜਾਰ ਮਰਜੂਤ ਸਾਰੇ ਟੁਰੇ ਹਾਂਜੀ ਹਾਂਜੀ ਉਹ ਜਿਹੜੇ ਪੁਰਾਣੇ ਸਨ ਮੈਂ ਸਾਰੇ ਪੁੱਛੇ ਨਾ ਕੋਈ ਮਰ ਗਿਆ ਗੁਗਲੀਆਂ માં ਫਿਰ ਜਿਹਾ ਸੀ ਹਉਂ ਤੂੰ ਇਹਨੇ ਕੰਮ ਕਰੇ ਮੇਰਾ ਨਾਮ ਤੋ ਦੱਸੀ ਨਾ ਇਹ ਦੱਸੀ ਵੀ ਇੱਕ ਪਾਕਿਸਤਾਨ ਦੇ ਚੌਧਰੀ ਆਇਆ ਤੇ ਸਾਡੇ ਇੱਥੇ ਪੱਟੀ ਲਈਏ ਜੀ ਜੀ ਤੈਨੂੰ ਆ ਕੇ ਇਹ ਆਏ ਮਿਲ ਜੇ ਉਹ ਫਿਰ ਜੋ ਜੋ ਸੌਂਦੇ ਗਏ ਆਉਂਦੇ ਗਏ ਕਿੱਥੇ ਨਹੀਂ ਪਛਾਨਿਆ ਇੱਕ ਫਿਰ ਬਾਲਾ ਬਾਲਕ ਕਮਿਆ ਚਮਾਰ ਸੀ ਹਾਂਜੀ ਉਹ ਮਾਰੇ ਪਾਸ ਉਸ ਵਕਤ ਡੰਗਰ ਚਾਹਨ ਨੂੰ ਰੱਖਿਆ ਹਾਂ ਤੁਹਾਡੀ ਮੱਝਾਂ ਚਾਹਨਦਾ ਹੁੰਦਾ ਸੀ ਉਹ ਡੰਗਰ ਉਹ ਫਿਰ ਬਾਲ ਬਾਲਾ ਵੀ ਇਹਦੇ ਬਾਲਕ ਹੋ ਗਿਆ ਫਿਰ ਹਾਲੀ ਲੱਗੇ ਡੰਗ ਹਾਲ ਬਾਨ ਲੱਗੇ ਉਹਦੀ ਉਮਰ ਮੈਂ ਸਾਡੇ ਨਾਲ 18 ਸਾਲ ਗੁਜ਼ਰੀ ਹਾਂਜੀ ਮੇਰੇ ਪੈਦਾ ਹੋਣ ਤੋਂ ਪਹਿਲੋਂ ਹਾਲੀ ਲੱਗੇ ਡੰਗਰ ਚਾਹਨਦਾ ਸੀ ਉਹ ਆਇਆ ਉਹ ਜਿਹੜਾ ਆ ਜੀ ਉਹਨਾਂ ਦੇ ਮੈਨੂੰ ਪਛਾਣਦਾ ਹੈ ਬੁਲਾਉਂਦਾ ਹੈ ਨਾਂ ਦੇ ਬੁਲਾਉਂਦਾ ਹੈ ਮੈਂ ਹੈ ਬਾਲਗ ਬਾਲਾ ਬਾਲਗਰਾਮ ਆ ਗਿਆ ਫਿਰ ਪਛਾਣਿਆ ਆ ਕੇ ਪਛਾਣਿਆ ਉਹ ਸੱਚਾ ਸੀ ਹਾਂ ਜੀ ਜਿਸ ਵੇ ਤੇ ਮੈਂ ਸਕੂਲੇ ਦਾਖਲ ਹੋਇਆ ਉਸ ਵਕਤ ਮੇਰੇ ਪਿਓ ਨੇ ਨਾਰ ਰਸੀਦ ਰੱਖੀ ਹਾਂ ਤੁਹਾਡਾ ਪਹਿਲਾਂ ਮੇਰਾ ਨਾਮ ਨਸਾਰ ਸੀ ਰੱਖਿਆ ਨਸਾਰ ਬਾਲ ਉਹਨੇ ਆਖਿਆ ਨਸਾਰੇ ਤੁਮ ਉਹਨੇ ਨਾਰਾ ਖੈ ਹੈ ਜੋ ਤੇਰੀ والدہ ਮਰੀ ਉਦੋਂ ਮੈਂ ਤੈਨੂੰ ਮੋਢੇ ਚੁੱਕ ਕੇ ਲੈ ਗਿਆ ਫੂ ਗਫੂਰ ਤੇ ਲਈ ਤੇਰੀ ਭੈਣ ਨੂੰ ਚੁੱਕਿਆ ਗੇ ਕਬਰਸਤਾਨ ਦਾ ਫਲਾਣ ਗੇ ਬਸ ਮੈਂ ਵੇ ਚੱਲ ਤੂੰ ਠੀਕ ਹੈ ਹੈ ਨਹੀਂ ਫਿਰ ਉਹ ਸਾਰੇ ਵੀ ਆਣੇ ਫਲਾਣਾ ਫਲਾਣਾ ਹਾਂਜੀ ਸਾਰਾ ਨਾਮ ਨਾਮ ਸਾਹਮਣੇ ਖੁੱਲ ਗਿਆ ਨਾ ਫਿਰ ਦਰਵਾਜ਼ਾ ਬਿਲਕੁਲ ਕਿ ਉਹ ਆਇਆ ਹਾਂ ਮੈਂ ਰਿਹਾ ਫਿਰ ਉਹ ਨੌ ਦਿਨ ਉੱਥੇ ਹੂੰ ਦੋ ਦਿਨ ਤੋਂ ਮੈਂ ਜਾਂਦਾ ਰਿਹਾ ਆਪਣੀ ਜੰਗ ਥਾਂ ਤੋਂ ਹੂੰ ਅੱਜ ਸਿੱਖਾਂ ਦਾ ਜੀ ਉੱਥੇ ਰਹਿੰਦਾ ਸੀ ਕਾਂਗੋ ਵੀਜਾ ਦੇ ਨਾਂ ਤੇ ਜੀ ਧੰਨਾ ਸਿੰਘ ਦੇ ਨਾਂ ਦੇ ਜੀ ਜੀ ਮੈਂ ਉੱਥੋਂ ਨਿਕਲਣਾ ਸੋ ਸਕੂਲ ਕੋਲ ਜਾਣਾ ਚੱਕਰ ਕਾੜਦਾ ਸਾਰਾ ਪਿੰਡਾਂ ਚੱਕਰ ਕਰਨਾ ਤੇ ਫਿਰ ਸ਼ਾਮ ਨੂੰ ਫਿਰ ਤੇ ਆਇਆ ਹੂੰ ਹੂੰ ਜਿੱਥੇ ਜਾਂਦਾ ਚਾ ਪਾਣੀ ਦਾ ਮਸਲੀ ਨਹੀਂ ਨਿੱਕਿਆ ਹੁੰਦਿਆਂਦੇ ਸਾਰੇ ਦਿਨ ਤੁਹਾਨੂੰ ਯਾਦ ਆ ਜਾਂਦੇ ਸਨ ਇੱਕ ਵਾਰ ਮਕਾਨਾਂ ਦੇ ਵਿਆਹ ਸੀ ਸਾਰਾ ਪਿੰਡ ਵਿੱਚ ਕਲਾਸ ਫੈਲੋ ਹਣ ਕਿਸੇ ਨੂੰ ਬਲਾਂ ਚਲੇ ਗਏ ਕਿਸੇ ਦੇ ਨਾਲ ਕੱਢਣ ਚਲੇ ਗਏ ਘਰਾਂ ਵਿੱਚ ਲੱਗੇ ਫਿਰਦੇ ਹਾਂਜੀ ਸ਼ਾਮ ਨੂੰ ਆਪਣੇ ਇੱਕ ਕਲਾਸ ਫੈਲੋ ਧਰਮੂ ਧਰਮੂ ਸੀ ਧਰਮਰਾਣ ਬਣੀਆਂ ਉਹ ਯਾਰ ਸੀ ਮੇਰਾ ਉਹ ਕਿਹਦਾ ਪੁੱਤਰ ਸੀ ਤੁਹਾਨੂੰ ਯਾਦ ਹੈ ਛੇਤਰ ਸਿੰਘ ਦੇ ਪਿਓ ਦੇ ਨਾਮ ਅੱਛਾ ਅੱਛਾ ਦੋ ਭਰਾ ਸਨ ਲੋਜਾ ਦੇ ਧਰਮਦਰਸ਼ਨ ਛੇਤਰ ਸਿੰਘ ਦੇ ਪਿਓ ਦੇ ਨਾਮ ਜੀ ਚਲੋ ਛੇਤਰ ਛੇਤਰ ਕਹਿੰਦੇ ਨਾਮ ਦਾ ਚ ਰਾਮ ਉਹਨਾਂ ਦਾ ਨਾਮ ਦਾ ਰਾਮ ਨਾਲ ਨਿਕਲ ਛੇਤਰ ਰਾਮ ਆ ਗਿਆ ਹੂੰ ਹੂੰ ਬਸ ਉਹਨੂੰ ਮਿਲਿਆ ਪੇਚੀ ਦਾ ਟਾਈਮ ਹੋ ਗਿਆ ਵਜੂ ਕਰੀ ਉਨੇ ਕੇਸ ਲਿਆ ਕੇ ਦੇਸ਼ੜਾ ਉੱਤੇ ਵੇੜੇ ਬਿਚਾ ਜਾ ਨਮਾਜ਼ ਪੜੀ ਪਈ ਬਸ ਫਿਰ ਪਰ ਪਾਸੇ ਜੀ ਜੀ ਨੂੰ ਮਿਲਦੇ ਰਹੇ ਕੇ ਰੂਲੀਏ ਦਾ ਮੁੰਡਾ ਰੋਲੀਆ ਰਾਮ ਕੇ ਤੁਨੀ ਆ ਰਾਮ ਜਿਸ ਦੇ ਮੁੰਡੇ ਫੇਲਦੇ ਮਿਰਤੂ ਸੀ ਓਮ ਪ੍ਰਕਾਸ਼ ਸੀ ਬਤੇਰੇ ਹਾਨੀ ਪਰਵਾਨੀ ਉਹ ਚੋਦੇ ਭੂਡੇ ਹਾਂਜੀ ਹਾਂਜੀ ਮੇਰੇ ਨਾਲ ਹੀ ਹੋਏ ਨੇ ਮਿਲ ਕੇ ਤੇ ਕੋਈ ਅਫਰ ਜਾਂ ਬੰਦਾ ਹੋਵੇ ਜਿੰਨੂੰ ਜਿਹੜਾ ਤੁਹਾਨੂੰ ਗੱਲੇ ਲੱਗ ਕੇ ਰੋ ਪਿਆ ਹੋਵੇ ਨਹੀਂ ਰੋਇਆ ਤਾਂ ਨਹੀਂ ਬੜੇ ਖੁਸ਼ੀ ਹੋਏ ਹਾਂ ਹਾਂਜੀ ਹਾਂਜੀ ਨਹੀਂ ਉਹ ਪੁਰਾਣਾ ਵੇਲਾ ਯਾਦ ਕਰਕੇ ਠੀਕ ਹੈ ਪਿੰਡ ਦੇ ਵਿੱਚ ਕੋਈ ਪੁਰਾਣੇ ਰੋਹੈ ਸਨ ਉਸ ਵੇਲੇ ਦੇ ਹਾਂ ਪੁਰਾਣੇ ਆਦਿ ਹਾਂਜੀ ਪੁਰਾਣੇ ਹੈ ਸਨ ਖਤਰੀ ਸਨ ਉਹ ਚੂੜੇ ਚ ਮਾਰਦੇ ਸਨ ਬਸ ਹੋਰ ਕੌਣ ਹੋਣ ਲਾਏ ਰੋਹ ਵੀ ਹੈ ਸਨ ਬੋਰਡ ਪੀਪਲ ਜਿਵੇਂ ਹੁੰਦੇ ਨੇ ਉਸ ਵੇਲੇ ਦੇ ਉਸ ਵੇਲੇ ਦੇ ਬੋਰਡ ਪੀਪਲ ਹੈ ਸਨ ਪਿੰਡ ਦੇ ਹਾਂਜੀ ਬੋਰਡ ਪੀਪਲ ਸੀ ਹਾਂ ਹਾਂ ਬੋਰਡ ਵੀ ਸਨ ਪੀਪਲ ਵੀ ਸਾਡੇ ਜੋਨ ਸੇ ਹਮਾਰਾ ਮਕਾਨ ਦਾ ਵਾਸੀ ਸੀ ਪੀਪਲ ਵੀ ਸੀ ਤੇ ਪੀਪਲ ਖੂਬ ਖੂਬੀ ਸੀ ਉਹ ਅਜੇ ਵੀ ਖੂਆ ਹੈ ਹਾਂ ਤੇ ਜਦੋਂ ਫਿਰ ਤੁਸੀਂ ਉੱਥੋਂ ਪਰਤ ਕੇ ਤੇ ਆਏ ਸੋ ਤੇ ਫਿਰ ਉਹਨਾਂ ਲੋਕਾਂ ਨੇ ਤੁਹਾਨੂੰ ਉੱਥੋਂ ਕਿਵੇਂ ਕਲਿਆਈ ਦਰ ਕਿਵੇਂ ਵਿਰਿਆ ਕੀਤਾ ਪਿੰਡੋਂ ਬਸ ਮੇਲੇ ਆਏ ਹੋ ਤੇ ਖੁਸ਼ੀ ਖੁਸ਼ੀ ਨਾਲ ਆਪਣੇ ਘਰ ਚਰਚੇ ਲੈ ਸਹੇਦ ਵਿੱਚ ਜਿਹੜੇ ਲੋਕ ਇੱਥੋਂ ਤੁਹਾਡੀ ਵਟ ਤੇ ਉੱਠ ਕੇ ਤੇ ਗਏ ਨੇ ਉਹ ਕਿਹੜੇ ਇਲਾਕੇ ਤੇ ਜਾ ਕੇ ਸਿੱਖ ਬੈਠੇ ਨੇ ਕੋਈ ਤਾਂ ਮੀਆਂ ਵਾਲੀ ਜੱਲੇ ਨੇ ਅੱਛਾ ਕੋਈ ਸਰਗੋਦੇ ਦੇ ਨੇ ਹੂੰ ਕੋਈ ਗੁਜਰਾਤ ਦੇ ਨੇ ਆ ਤੇ ਫਿਰ ਖੱਤਰੀ ਹੋਣੇ ਨੇ ਉਹ ਤੇ ਬੈਠੇ ਉੱਥੇ ਨਹੀਂ ਖੱਤੇ ਇਹਨਾਂ ਲਾਕਿਆਂ ਵਿੱਚ ਸਿੱਖ ਨਹੀਂ ਸਨ ਹੈ ਨਹੀਂ ਖੇ ਸਿੱਖ ਹਨ ਹੂੰ ਹੂੰ ਸਿੱਖ ਤਾਂ ਹਨ ਆਖਿਰਲੇ ਵਕਤਾਂ ਚ ਉਹਨਾਂ ਨੇ ਇੱਕ ਇੱਕ ਬਾਲ ਨੂੰ ਸਿੱਖ ਬਣਾਉਣਾ ਸ਼ੁਰੂ ਕੀਤਾ ਸੀ ਫਿਰ ਉਹ ਨਸਲ ਵੱਧ ਗਈ ਹੋਣੀ ਨਹੀਂ ਉਹ ਚੀਜ਼ ਹੈ ਨਾ ਹਾਂ ਜਿਹੜਾ ਸਾਡੇ ਮਕਾਨ ਚ ਸੀ ਹੂੰ ਸੂਬੇਦਾਰ ਸੀ ਉਹ ਜੀ ਉਹਦੇ ਪੰਜ ਛੇ ਪੁੱਤਰ ਹਨ ਹੂੰ ਅਜਿਹਾ ਮੈਂ ਗਿਆ ਉਧਰ ਮੇਰੇ ਰਾ ਮੁੰਡਾ ਸੀ ਉਹਨਾਂ ਗੱਡਰੀਆਂ ਦਾ ਬੜੀ ਖੁਦਮਤ ਕਰੀ ਬਣਾਈ ਹਾਂਜੀ ਪਾਣੀ ਪੀਓ ਜੀ ਫਿਰ ਮੈਂ ਮਿਹਰਬਾਨ ਇਹ ਮਕਾਨ ਵੇਖੋ ਜੀ ਆਪਣਾ ਮੈਂ ਸਾਡਾ ਨਹੀਂ ਆਏ ਇਹ ਤੁਹਾਡੇ ਹੀ ਹੈ ਹਾਂਜੀ ਠੀਕ ਹੈ ਹਾਂ ਤੇ ਉਹਨੇ ਚ ਚੋਖੇ ਮੋਨੇ ਸੰ ਕਿ ਜਾਂ ਫਿਰ ਪੱਗਾ ਸ਼ਗਾ ਬੰਦ ਹੈ ਸਾਨੂੰ ਉਹ ਤਾਂ ਪੱਗਾ ਹੀ ਬੰਦ ਹੈ ਨਾ ਸੇਖ ਲੋਗ ਆਦੇ ਪੱਗਾ ਬੰਦ ਇਹਨਾਂ ਦਾ ਹਾਂਜੀ ਠੀਕ ਹੈ ਤੇ ਅੱਗੂ ਫਿਰ ਜਦੋਂ ਤੁਸੀਂ ਜੁਨੀਅਰਾਂ ਵੀ ਜਾਂਦੇ ਰਹੇ ਉਸ ਫਿਰ ਪੂਰੇ ਪਿੰਡ ਨੂੰ ਫਿਰ ਪਤਾ ਲੱਗ ਜਾਂਦਾ ਸੀ ਕਿ ਫਿਰ ਉਹਦੇ ਫਾਇਦੇ ਦੀ ਕੋਈ ਬੰਦਾ ਆਈ ਹੈ ਹਾਂ ਹਾਂ ਠੀਕ ਹੈ ਫਿਰ ਤੇ ਦੂਰੋਂ ਦੂਰੋਂ ਮੈਂ ਪਜ ਹਾਂ ਆਣੀ ਪਰਵਾਨੇ ਦੂਰੋਂ ਦੂਰੋਂ ਉੱਠ ਕੇ ਹਾਂ ਤੇ ਹੁਣ ਤੁਹਾਨੂੰ ਬਾਈ ਤੇ 3-24 ਸਾਲ ਹੋ ਗਏ ਨੇ ਹੁਣ ਤੁਸੀਂ ਕਦੀ ਨਹੀਂ ਗਏ ਹੈ ਨਾ ਪਰ ਪਿੰਡ ਤੇ ਯਾਦ ਆਉਂਦੀ ਹੈ ਪਿੰਡ ਤੋਂ ਯਾਦ ਸਾਰਾ ਲਕਸ਼ਾ ਬੀਚੀ ਦੇ ਹੁਣ ਕਦੀ ਕੋਸ਼ਿਸ਼ ਨਹੀਂ ਕੀਤੀ ਆ ਕਿ ਫੇਰ ਇੱਕ ਕਰਾਂ ਜਾਈਏ ਨਹੀਂ ਨਹੀਂ ਹਾਂ ਬਸ ਫਿਰ ਕੋਸ਼ਿਸ਼ ਨਹੀਂ ਕੀਤੀ ਹੂੰ ਹੂੰ ਚੀਜੇ ਵੀ ਕਿਸੇ ਕੋਲ ਜਾਣ ਨਹੀਂ ਹਾਂ ਹੂੰ ਉਹ ਤਾਂ ਪਰਾਂ ਯੂਪੀ ਜਾਂਦਾ ਸੀ ਮੈਂ ਹੂੰ ਉਸ ਤੇ ਫੁੱਪੀਆਂ ਦਾ ਅੱਛਾ ਉਹ ਤੁਹਾਡੀਆਂ ਫੁੱਪੀਆਂ ਯੂਪੀ ਨਹੀਂ ਹੈਈਆਂ ਵੀ ਹਾਂ ਯੂਪੀ ਸਨ ਹੂੰ ਉਹ ਮਰ ਮਰ ਕੇ ਅੱਗੋਂ ਫੁੱਪੀਆਂ ਦੇ ਪੁੱਤਰ ਵੀ ਮਰ ਗਏ ਹੂੰ ਜਾਣਾ ਕਿੱ데 ਕੋਲ ਰਿਸ਼ਤੇ ਟੁੱਟ ਗਏ ਫਿਰ ਉਹ ਹੈ ਨੀ ਯੂਪੀ اچ ਕਿਹੜੀ ਥਾਂ ਤੇ ਸਾਨੂੰ ਕਿਹੜੇ ਸਮਸਪੁਰ ਸਮਸਪੁਰ ਹਾਂ ਠੀਕ ਹੈ ਠੀਕ ਹੈ ਸਮਸਪੁਰ ਕਲਾਂ ਹਾਂਜੀ ਇਹ ਕਿਹੜੇ ਜ਼ਿਲ੍ਹੇ ਚ ਪੈਂਦਾ ਸੀ ਪਿੰਡ ਸੀ ਕੋਈ ਸਾਰਨਪੁਰ ਸਾਰਨਪੁਰ ਜ਼ਿਲ੍ਹਾ ਸਾਰਨਪੁਰ ਸੀ ਪਿੰਡ ਸ਼ਮਸਪੁਰ ਹਾਂ ਤੇਲ ਤਹਿਸੀਲ ਨੁਕਰ ਸੀ ਨੁਕਰ ਨੁਕੜ ਨੁਕੜ ਚਲੋ ਠੀਕ ਹੈ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਮੇਰੇ ਨਾਲ ਗੱਲਬਾਤ ਕੀਤੀ ਹੈ ਬਹੁਤ ਮਿਹਰਬਾਨੀ